ਸਤਿ ਸ਼੍ਰੀ ਅਕਾਲ ਪੰਜਾਬੀ ਖਬਰਾਂ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰ ਲੈਂਦੇ ਹੁਣ ਤੱਕ ਦੀਆਂ ਖਾਸ ਖਬਰਾਂ ਦੇ ਨਾਲ। ਤਾਮਿਲਨਾਡੂ ਵਿੱਚ ਭਾਰੀ ਬਾਰਿਸ਼ ਨੇ ਮਚਾਇਆ ਕਹਿਰ, 100 ਤੋਂ ਵੱਧ ਲੋਕਾਂ ਦੀ ਮੌਤ। ਭਾਰੀ ਬਾਰਿਸ਼ ਕਾਰਨ ਕਈ ਪ੍ਰੀਖਿਆਵਾਂ ਰੱਦ। ਬਰਤਾਨੀਆ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਨੇ ਮਾਸਟਰ ਤਾਰਾ ਸਿੰਘ ਨੂੰ ਭਾਰਤ ਰਤਨ ਦੇਣ ਦੀ ਚੁੱਕੀ ਮੰਗ। ਲਾਰਡ ਰਣਵੀਰ ਸਿੰਘ ਸੂਰੀ ਦੀ ਅਗਵਾਈ ਵਿੱਚ ਸੌਂਪਿਆ ਮੰਗ ਪੱਤਰ। ਆਰਗੈਨਿਕ ਸਬਜ਼ੀ ਖਿਲਾਉਣ ਵਾਲਾ ਪਹਿਲਾ ਧਰਮ ਸਥਾਨ ਬਣਿਆ ਹਰਿਮੰਦਰ ਸਾਹਿਬ। ਲੰਗਰ ਵਿੱਚ ਰੋਜ਼ਾਨਾ 1 ਲੱਖ ਸੰਗਤ ਛਕਦੀ ਹੈ ਲੰਗਰ। ਤੇ ਹੁਣ ਖਬਰਾਂ ਵਿਸਥਾਰ ਨਾਲ। ਤਾਮਿਲਨਾਡੂ ਵਿੱਚ ਐਤਵਾਰ ਤੋਂ ਹੀ ਭਾਰੀ ਬਾਰਿਸ਼ ਜਾਰੀ ਹੈ। ਬੰਗਾਲ ਦੀ ਖਾੜੀ ਤੇ ਘੱਟ ਦਬਾਅ ਦਾ ਖੇਤਰ ਬਣ ਜਾਣ ਕਾਰਨ ਰਾਜ ਦੇ ਕਈ ਇਲਾਕਿਆਂ ਵਿੱਚ ਮੂਸਲਾਧਾਰ ਬਾਰਿਸ਼ ਹੋ ਰਹੀ ਹੈ ਅਤੇ ਮੀਂਹ ਨਾਲ ਜੁੜੀਆਂ ਘਟਨਾਵਾਂ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 100 ਤੋਂ ਵੀ ਪਾਰ ਹੋ ਚੁੱਕੀ ਹੈ। ਬਾਰਿਸ਼ ਕਾਰਨ ਅੱਜ ਸਕੂਲ ਕਾਲਜ ਵੀ ਬੰਦ ਨੇ। ਖਰਾਬ ਮੌਸਮ ਤੋਂ ਬਾਅਦ ਅੱਜ 17 ਤੇ 18 ਨਵੰਬਰ ਨੂੰ ਨਿਰਧਾਰਿਤ ਮੈਡੀਕਲ ਇੰਜੀਨੀਅਰਿੰਗ ਅਤੇ MCA ਦੀ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਗਿਆ। ਨਵੀਆਂ ਤਰੀਕਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਏਗਾ। ਹਾਲਾਂਕਿ ਮੌਸਮ ਵਿਗਿਆਨੀਆਂ ਨੇ 24 ਘੰਟਿਆਂ ਦੇ ਅੰਦਰ ਹੋਰ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ। ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਨਵੇਂ ਤੱਥ ਸਾਹਮਣੇ ਆਏ ਨੇ। ਅਧਿਕਾਰੀਆਂ ਮੁਤਾਬਿਕ ਅੱਤਵਾਦੀਆਂ ਦੀ 3 ਟੀਮਾਂ ਨੇ ਹਮਲੇ ਨੂੰ ਅੰਜਾਮ ਦਿੱਤਾ, ਜਦਕਿ ਇਸ ਹਮਲੇ ਦੀ ਖੌਫਨਾਕ ਸਾਜ਼ਿਸ਼ ਕਰੀਬ 9 ਮਹੀਨੇ ਪਹਿਲਾਂ ਹੀ ਰਚੀ ਗਈ ਸੀ। ਪੁਲਿਸ ਨੇ ਬਾਟਾ ਕਲਾ ਕੰਸਰਟ ਹਾਲ ਵਿੱਚ ਹਮਲਾ ਕਰਨ ਵਾਲੇ ਇੱਕ ਅੱਤਵਾਦੀ ਦੀ ਪਹਿਚਾਣ ਕਰ ਲਈ ਹੈ ਅਤੇ ਅੱਤਵਾਦੀਆਂ ਵਿੱਚ ਇੱਕ ਦੀ ਉਮਰ ਮਹਿਜ਼ 15 ਸਾਲ ਦੱਸੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਅੱਤਵਾਦੀ ਅਕਤੂਬਰ ਮਹੀਨੇ ਵਿੱਚ ਕਿਰੋਸ ਗ੍ਰੀਕ ਦੀਪ ਦੇ ਰਸਤੇ ਤੋਂ ਪ੍ਰਵਾਸੀ ਦੇ ਤੌਰ ਤੇ ਦਾਖਲ ਹੋਏ ਸਨ। ਪੁਲਿਸ ਨੂੰ ਅੱਤਵਾਦੀ ਦੀ ਲਾਸ਼ ਕੋਲੋਂ ਸੀਰੀਆ ਦਾ ਪਾਸਪੋਰਟ ਵੀ ਬਰਾਮਦ ਹੋਇਆ। ਸਮਝਿਆ ਜਾ ਰਿਹਾ ਕਿ 15 ਸਾਲ ਦੇ ਨਾਬਾਲਿਗ ਅੱਤਵਾਦੀ ਨੇ ਫੁੱਟਬਾਲ ਸਟੇਡੀਅਮ ਵਿੱਚ ਹਮਲਾ ਕੀਤਾ ਸੀ। ਹਮਲਿਆਂ ਵਿੱਚ ਇਸਤੇਮਾਲ AK-47 ਵਰਗੇ ਕਈ ਹਥਿਆਰ ਰਾਜਧਾਨੀ ਦੇ ਇੱਕ ਪੂਰਬ ਉਪਨਗਰ ਵਿੱਚ ਲਵਾਰਿਸ ਖੜੀ ਕਾਲੀ ਕਾਰ ਵਿੱਚ ਮਿਲੇ ਨੇ। ਇਸ ਚਸ਼ਮਦੀਦ ਮੁਤਾਬਿਕ ਹਮਲਾਵਰਾਂ ਨੇ ਇੱਕ ਕਾਲੀ ਕਾਰ ਦੇ ਪਿੱਛੇ ਵਾਲੀ ਸੀਟ ਤੇ ਹਮਲਾ ਕੀਤਾ ਸੀ। ਪੁਲਿਸ ਦੇ ਮੁਤਾਬਿਕ ਹਮਲਾਵਰਾਂ ਨੇ AK-47 ਹਥਿਆਰਾਂ ਦੀ ਵਰਤੋਂ ਕੀਤੀ ਸੀ। ਬਰਤਾਨੀਆ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਮਾਸਟਰ ਤਾਰਾ ਸਿੰਘ ਨੂੰ ਭਾਰਤ ਰਤਨ ਦਿੱਤਾ ਜਾਏ। ਇਸ ਸਬੰਧੀ ਪ੍ਰਧਾਨ ਮੰਤਰੀ ਨੂੰ ਬਰਤਾਨੀਆ ਤੋਂ ਅੰਕਾਰਾ ਨੂੰ ਰਵਾਨਾ ਹੋਣ ਸਮੇਂ ਲਾਰਡ ਰਣਵੀਰ ਸਿੰਘ ਸੂਰੀ ਦੀ ਅਗਵਾਈ ਵਿੱਚ ਇੱਕ ਮੰਗ ਪੱਤਰ ਸੌਂਪਿਆ ਗਿਆ। ਸੂਰੀ ਨੇ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਹੁਣ ਸਮਾਂ ਆ ਗਿਆ ਕਿ ਮਾਸਟਰ ਤਾਰਾ ਸਿੰਘ ਦੀਆਂ ਦੇਸ਼ ਦੇ ਪ੍ਰਤੀ ਸੇਵਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਉਹਨਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਏ। ਉਹਨਾਂ ਕਿਹਾ ਕਿ ਮਾਸਟਰ ਤਾਰਾ ਸਿੰਘ ਨੇ ਆਜ਼ਾਦੀ ਦੀ ਲੜਾਈ ਵੇਲੇ ਜ਼ਿਕਰਯੋਗ ਬਹਾਦਰੀ ਅਤੇ ਬੇਮਿਸਾਲ ਲੀਡਰਸ਼ਿਪ ਦੀ ਸਮਰੱਥਾ ਵਿਖਾਈ। ਮੁਹੰਮਦ ਅਲੀ ਜਿਨਾਹ ਨੇ ਉਹਨਾਂ ਨੂੰ ਪਾਕਿਸਤਾਨ ਵਿੱਚ ਆਜ਼ਾਦ ਸਿੱਖ ਰਾਜ ਦੀ ਪੇਸ਼ਕਸ਼ ਵੀ ਕੀਤੀ ਸੀ, ਪਰ ਉਹਨਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਹੁਣ ਦਾ ਪੰਜਾਬ ਹੋਂਦ ਵਿੱਚ ਆਇਆ। ਵਧਦੇ ਅੱਗੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਕਮੇਟੀ ਇਸ ਮਹੀਨੇ ਦੇ ਅਖੀਰ ਤੱਕ ਜਲਦ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਹਟਾਏ ਜਾਣ ਤੇ ਵਿਚਾਰ ਕਰੇਗੀ। SDPC ਦੇ ਵਧੀਕ ਸਕੱਤਰ ਦਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 20 ਨਵੰਬਰ ਤੋਂ ਬਾਅਦ ਬੈਠਕ ਕੀਤੀ ਜਾਏਗੀ। ਦੂਜੇ ਪਾਸੇ SDPC ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਵੱਲੋਂ ਗਿਆਨੀ ਗੁਰਬਚਨ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਹਟਾਏ ਜਾਣ ਦੀ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਿਕ ਕਮੇਟੀ ਨੇ ਆਪਣੇ ਕੁਝ ਨੁਮਾਇੰਦੇ ਭੇਜੇ ਨੇ ਤਾਂ ਕਿ ਸਹੀ ਉਮੀਦਵਾਰ ਨੂੰ ਚੁਣਿਆ ਜਾ ਸਕੇ। ਗੌਰਤਲਬ ਹੈ ਕਿ ਸਿੱਖ ਸੰਗਠਨਾਂ ਵੱਲੋਂ 2007 ਵਿੱਚ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਨੂੰ 10ਵੇਂ ਗੁਰੂ ਦੀ ਨਕਲ ਕਰਨ ਦੇ ਮਾਮਲੇ ਵਿੱਚ ਮਾਫ਼ ਕਰਨ ਦੇ ਸਿਲਸਿਲੇ ਵਿੱਚ ਗਿਆਨੀ ਗੁਰਬਚਨ ਸਿੰਘ ਖਿਲਾਫ਼ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖਾਂ ਨੂੰ ਰਾਮ ਰਹੀਮ ਨਾਲ ਜੋੜਨ ਨੂੰ ਕਿਹਾ ਗਿਆ ਸੀ। ਅਤੇ ਦੂਜੇ ਪਾਸੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਦੱਸਿਆ ਕਿ ਟਕਸਾਲ ਆਪਣੀ ਮੰਗ ਤੇ ਨੇ ਅਤੇ ਜਦੋਂ ਤੱਕ ਜਥੇਦਾਰ ਨੂੰ ਹਟਾਇਆ ਨਹੀਂ ਜਾਂਦਾ। SDPC ਵੀ ਦਮਦਮੀ ਟਕਸਾਲ ਨਾਲ ਇਕਮਤ ਹੋ ਕੇ ਗਿਆਨੀ ਗੁਰਬਚਨ ਸਿੰਘ ਨੂੰ ਬਦਲ ਸਕਦੀ ਹੈ। ਹਰਨਾਮ ਸਿੰਘ ਖਾਲਸਾ ਨੇ ਇਹ ਵੀ ਦੱਸਿਆ ਕਿ ਸਿੱਖ ਪੰਥ ਨੂੰ ਇੱਕ ਵਾਰ ਫਿਰ ਤੋਂ ਲੋਕਾਂ ਦੇ ਮਨ ਵਿੱਚ ਵਿਸ਼ਵਾਸ ਬਣਾਉਣ ਲਈ ਸਹੀ ਕਦਮ ਚੁੱਕਣ ਦੀ ਲੋੜ ਹੈ।
विश्व प्रसिद्ध श्री हरिमंदर साहिब परिसर विच मौजूद श्री गुरु रामदास लंगर हाल विच देश विदेश तो आने वाली संगत दाल रोटी दे नाल ऑर्गेनिक तरीके नाल तैयार सब्जियां दा लुत्फ उठा रहे ने। इस तरह नाल गुरु रामदास लंगर दुनिया दा ऑर्गेनिक तरीके नाल तैयार सब्जियां खिलाउण वाला पहला धार्मिक स्थान बन गया है। अटारी हल्के विच स्थित गुरुद्वारा गुरुसर सुल्तानी साहिब तो तैयार ऑर्गेनिक सब्जियां दी सप्लाई हो रही है। गुरुद्वारे दे मैनेजर मुताबिक श्रोमणी गुरुद्वारा प्रबंधक कमेटी नाल संबंधित इस गुरुद्वारे दी 7 एकड़ जमीन ते सब्जियां दे अलावा गन्ने दी भी खेती की गई है। श्री हरिमंदर साहिब दे लंगर विच रोजाना औसत 1 लाख लोग लंगर छकते ने। एक दिन दा सब्जी ते आउण वाला औसत खर्च 3 लाख हुंदा है ते त्योहारां दे मौके एक खर्च दुगना हो जांदा है। चंडीगढ़ विखे स्टेट बैंक ऑफ पटियाला वालों नशियां के खिलाफ रोस का आयोजन किया गया। इस मौके स्टेट ऑफ पटियाला के डायरैक्टर ने दसिया कि दिनों दिन वध रहे नशियां के रुझान रोकने बैंक वालों एक विशेष उपराला करके पूरे देश भर में रोस रैली का आयोजन किया गया, जिस विच छोटे बच्चे तो लैके बजुर्ग व्यक्तियां ते बैंक मुलाजमान ने भाग लिया। उन्होंने कहा कि नौजवानों नू नरोई सेहत देने लई अजिहे प्रोग्राम उलेखने चाहिए ने, जिस नाल नौजवानों नू नशियां तो बचाया जा सके। इस दौड़ विच पहले दूजे अते तीजे स्थान ते आने वाले व्यक्तियों नू विशेष इनाम दे के सम्मानित भी किया जाएगा। प्रोग्राम हमारा टोटल बैंक का हो रहा है, पूरे बैंक में हमारा हेड ऑफिस पटियाला में है, वहाँ पे एक आज बहुत बड़ा प्रोग्राम हो रहा है। उसके अलावा हेड ऑफिस के बाद हमारे 10 जोनल ऑफिस हैं, सभी जोनल ऑफिस पे इसी टाइम पे ये प्रोग्राम हो रहा है। इस प्रोग्राम का पर्पज ये है भी हमारा स्टाफ जो तंदुरुस्त रहे, उनकी सेहत अच्छी हो, हमारे कस्टमर अच्छे हों और हमारा समाज अच्छा हो, सो दैट इंडिया कुड प्रोग्रेस एंड वी आर पार्टनर इन द प्रोग्रेस। चंडीगढ़ विखे गुरुद्वारा सैक्टर 22 विच हरभजन सिंह योगी दी 6वीं बरसी दे संबंध विच एक महान गुरमत समागम वैद सुखजिंदर सिंह योगी वालों करवाया गया, जिस विच ज्ञानी साहिब सिंह मारकंडे वाले अते ज्ञानी अमरजीत सिंह केसगढ़ साहिब वाले अते भाई गुरबख्श सिंह वालों कथा कीर्तन द्वारा संगतां नूं निहाल किया गया। इस मौके गुरु का अतुट लंगर भी वरताया गया। ਸਦੀ ਬਖਸ਼ੀ ਹੋਈ ਫਤਿਹ ਗਜਾਓ ਵਾਹਿਗੁਰੂ ਜੀ ਕਾ ਖਾਲਸਾ। ਪਟਿਆਲਾ ਸ਼ਹਿਰ ਜਿੱਥੇ ਇਤਿਹਾਸਿਕ ਤੌਰ ਤੇ ਪ੍ਰਸਿੱਧ ਹੈ, ਉੱਥੇ ਹੀ ਇਹ ਸ਼ਹਿਰ ਰਾਜਨੀਤਿਕ ਅਤੇ ਅਪਰਾਧਿਕ ਤੌਰ ਤੇ ਵੀ ਪਿੱਛੇ ਨਹੀਂ ਹੈ, ਜਿਸ ਕਰਕੇ 1 ਸਾਲ ਵਿੱਚ 5ਵੀਂ ਵਾਰ IG ਪਟਿਆਲਾ ਜ਼ੋਨ ਪਰਮਜੀਤ ਸਿੰਘ ਗਰੇਵਾਲ ਨੂੰ ਬਦਲ ਕੇ ਨੌਨਿਹਾਲ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਜਲਦ ਹੀ ਆਪਣਾ ਅਹੁਦਾ ਸੰਭਾਲਿਆ ਗਿਆ ਹੈ। ਨੌਨਿਹਾਲ ਸਿੰਘ ਪਹਿਲਾਂ DIGP 2 ਅਤੇ ਟ੍ਰੇਨਿੰਗ ਚੰਡੀਗੜ੍ਹ ਵਿਖੇ ਤੈਨਾਤ ਸੀ, ਜਿਨ੍ਹਾਂ ਨੂੰ ਤਰੱਕੀ ਕਰਦੇ ਹੋਏ ਉਨ੍ਹਾਂ ਨੂੰ IG ਪਟਿਆਲਾ ਜ਼ੋਨ ਨਿਯੁਕਤ ਕੀਤਾ ਗਿਆ। IG ਪਟਿਆਲਾ ਜ਼ੋਨ ਨੂੰ 1 ਸਾਲ ਵਿੱਚ ਲਗਭਗ 5ਵੀਂ ਵਾਰ ਬਦਲਿਆ ਗਿਆ। ਰੁਕਾ ਲੈਂਦੇ ਹੁਣ ਕੁਰੂਕਸ਼ੇਤਰ ਵੱਲ। ਕੁਰੂਕਸ਼ੇਤਰ ਪੁਲਿਸ ਨੇ 3-ਵੀਲਰ ਚੋਰ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 3-ਵੀਲਰ ਚੋਰ ਗਿਰੋਹ ਦੇ ਮਾਸਟਰ ਮਾਈਂਡ ਗੁਰਮੀਤ ਸਮੇਤ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਸ਼ਹਿਰ ਕੁਰੂਕਸ਼ੇਤਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ 12 3-ਵੀਲਰ ਚੋਰੀ ਦੀ ਵਾਰਦਾਤਾਂ ਨੂੰ ਕਬੂਲਿਆ। ਪੁਲਿਸ ਨੇ ਦੋਸ਼ੀਆਂ ਪਾਸੋਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪ੍ਰਯੋਗ ਕੀਤੇ ਜਾਣ ਵਾਲੇ 3-ਵੀਲਰ ਸਮੇਤ 3 3-ਵੀਲਰ ਚੋਰੀ ਕੀਤੇ ਬਰਾਮਦ ਨੇ। ਪੁਲਿਸ ਵੱਲੋਂ ਦੋਸ਼ੀਆਂ ਤੇ ਪੁੱਛਗਿੱਛ ਜਾਰੀ ਹੈ ਤਾਂ ਜੋ ਹੋਰ ਵੀ ਖੁਲਾਸੇ ਹੋ ਸਕਣ। ये पूरा गैंग है जो सब मिल के रात को एक अपने 3-व्हीलर के साथ जाते थे, कहीं जहाँ भी देख लिया कि भाई यहाँ 3-व्हीलर गली में लावारी साल में खड़े हैं या कोई मकान के शहर में खड़े हैं, उसको धक्का मार के बाहर निकाल लेते थे और उसको काफ़ी दूर आगे ले जाके फिर स्टार्ट करते रहते हैं। कुरुक्षेत्र के कस्बा पिपली नेड़े पिंड वजीरपुर विच तेल चोरी का अनोखा तरीका सामने आया। इंडियन ऑयल कारपोरेशन दी मेन तेल पाइपलाइन विच पाइप लगा के घर के अंदरों तेल चोरी करन दा खुलासा होया है। मेन तेल पाइपलाइन विच पाइप लगा के नाल बने घर विच वॉल्व करके चोरी की जा रही सी। इंडियन ऑयल कारपोरेशन दी टीम अते पुलिस अधिकारियों ने मौके ते पुज के जांच शुरू कर दी है। जांच कर रहे अधिकारी मुताबिक पूरे मामले की जांच तो बाद अगली कार्रवाई की जाएगी।
आरोपी तो जी अभी पुलिस तफ्तीश करेगी, तो मतलब टेक्निकल आदमी है, तफ्तीश अभी पुलिस करेगी, तो अपना तफ्तीश करके जो है आरोपी अभी कायदे से जो जिसका घर है उनको देखना ही चाहिए कि जिसके घर की, क्योंकि घर के अंदर जा रही है लाइट और घर के अंदर भी देख लिया वॉल फिट किया हुआ, उस टाइम उनको पता लगना चाहिए कि किस हिसाब से पड़ना है। नुकसान ये अभी नहीं बता पाएंगे, 3-4 दिन लगेंगे उसको, तो उसका कैलकुलेशन होता है पूरा कर कुर के फिर पता लगेगा। खबर पटियाला तो है, पटियाला दे श्री गुरु हरकृष्ण पब्लिक स्कूल प्रेस रोड विखे हिंदी भाषा कवि सम्मेलन करवाया गया। सम्मेलन विच चढ़दी कला अदारे दे चेयरमैन सरदार जगजीत सिंह दर्दी उचेचे तौर ते शामिल होए। इस मौके वक्त कविया ने अपनी कविता पेश कीतियां। इस दौरान पंजाब सरकार वालों पुरस्कारित कवि भी इस कवि सम्मेलन का हिस्सा बने। इस मौके कविया नु विशेष तौर ते सम्मानित किया गया। इस मौके सरदार जगजीत सिंह दर्दी नु भी खास तौर ते सम्मानिया गया। इस सम्मेलन दौरान श्रोमणी साहित्यकार पुरस्कार विजेता प्रोफेसर कुलवंत सिंह श्री महेश पटियालवी नु सम्मानित किया गया। सम्मेलन विच श्रोमणी पत्रकार सरदार जगजीत सिंह दर्दी, श्रोमणी साहित्यकार श्री नासिर नकवी, श्रोमणी लेखक सरदार दर्शन सिंह आष्ट, श्री महेश गौतम, सुभाष शर्मा, श्री मदन लाल हसीजा, हुकम चंद राजपाल, प्रसिद्ध रंगकर्मी प्राण सबरवाल समेत होर अनेक प्रसिद्ध कविया ने भाग लिया। एक बार एस के अलवले साहब के नाम, फिर कभी भाई शांति साहब, फिर कभी दत्त साहब को, और आज मैं आप सबके नाम कह रहा हूँ जो मंच पे हैं और सामने, कि जब कभी इस शहर का इतिहास लिखा जाएगा आपके बारे में उसमें खास लिखा जाएगा। 40 साल पहले जब मैं गरीवाल साहब मैंने मिले, मैं तो सुपने में नहीं सोचा कि अपने हाथों नाल इन्ना बड़ा श्रोमणी अवार्ड इन्हों देने का सुभाग मिलेगा। 70 के नेड़े मेरा इन्होंने मेल होया। इन्हों की विद्वता की और इन्हों की शायरी की जो मोर छाप है वो तो उदों ही मेरे हिरदे उत्ते लगी हुई थी, लेकिन जो प्यार, जो मुहब्बत, जो सत्कार और उत्साह इन्होंने मिले जिंदगी में वो इस मंजिल उत्ते लै गया जिथे तुसी देख रहे हो। इस तो वड्डी जी इंसान की जिंदगी कोई खुशी की गल नहीं होंगी कि तुसी एक गुरबाणी की पवित्र पंक्ति प्रवान चढ़ा दो। गुरबाणी की पवित्र पंक्ति साढ़े सारे उत्ते टुटती है कि लिया तलिया माण जिन स्यों से सज्जन क्यों विसरै। असी अपना सज्जना विसारिया नहीं किसी ने भी, ये साड़ी जिंदगी की सब तो वड्डी प्राप्ति है कि भावें गौतम जी ने तो भावें सुभाष जी ने, भावें असीजा ने, भावें गरेवाल साहब ने, भावें महेश जी ने, भावें राजपाल जी ने, जो नवी पीढ़ी ने, भावें आशक जी ने, भावें सबरवाल साहब ने, भावें मैडम घुमन, क्योंकि इन्होंने पिता जी भी डायरैक्टर रहे पाशाह विभाग के, और मेरा मेल उन्होंने 70 के नेड़े कितने होया जो मैं याद है 1870 के साल मेल होया। मैं उन्होंने डायरेक्टर भी बनते देखे, लेकिन क्या रूह सन प्यार भरिया हुई, कि प्यार बनते सन, किन्ने सुबरे सिद्धे सन साढ़े वर्गे उदों के नौजवानों वालों, तो कि तरह गाइड करते सन। ये एक बड़ी कमाल की साड़ी सारे की जिंदगी की एक रब्बी दात जो सू मिली सी, असी उस माणिया। और जिंदगी के इस दौर में जो सारे असी 60 साल क्रास कर चुके हैं, तो सू कि अच्छा लग रहा जिते इस महफिल में बैठ के, मैं तो सारे मुबारक देवगा। तो थोड़े को जो प्रेरणा मिलती है, जो अगों काम करने का उत्साह मिलता है, मैं याद है एक दिन के आर नारायण जी ने जो राष्ट्रपति सन मैं उन्होंने किया, तो उन्होंने शब्द के ये जो सम्मान मिलते हैं प्रोग्राम प्रेरणा स्रोत होंगे, इंसान को होर चंगे काम लिए प्रेरणा करते हैं कि होर वधिया काम करो। तो तुम सारे ने इन्ने वधिया काम किए जिन्होंने जिक्र करते हैं भावे सारी रात लग गए, तो इसलिए मैं ज़्यादा कुछ ना कहता होया। सब तो वड्डी खुशी मैं ये है कि जो मैं इतने रहता से 30 साल पहला उदों भी तुम मेरे से कृपा करते सारे इतने, असी महफल लाते मशहरे होंगे सी और बसमे अदब जनाब जिगर जलंधरी अच्छे नहीं, लेकिन
ਅਸੀਂ ਉਹਨਾਂ ਦੀ ਦੇਣ ਦੇ ਨਹੀਂ ਸਕਦੇ ਕਿ ਸੁਭਾਸ਼ ਜੀ ਨੇ ਉਹਨਾਂ ਦੇ ਨਕਸ਼ੇ ਕਦਮ ਉੱਤੇ ਚੱਲ ਕੇ ਇਸ ਵਜ਼ਨ ਨੂੰ ਜ਼ਿੰਦਾ ਰੱਖਿਆ, ਭਾਵੇਂ ਹਿੰਦੀ ਭਾਸ਼ਾ ਸੰਮੇਲਨ ਦੇ ਰੂਪ ਵਿੱਚ ਰੱਖਿਆ, ਲੇਕਿਨ ਇਹ ਸਾਡੇ ਸਾਰਿਆਂ ਦੀ ਦਿਲੀ ਇੱਛਾ ਸੀ ਕਿ ਇਹ ਵਜ਼ਨ ਚੱਲਦਾ ਰਹੇ, ਇਹ ਸੰਮੇਲਨ ਚੱਲਦੇ ਰਹਿਣ। ਫਿਲਹਾਲ ਖਬਰਾਂ ਦੇ ਇਸ ਬੁਲੇਟਿਨ 'ਚ ਇੰਨਾ ਹੀ। ਦੇਸ਼ ਦੁਨੀਆਂ ਦੀ ਬਾਕੀ ਖਬਰਾਂ ਦੀ ਜਾਣਕਾਰੀ ਲਈ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇ ਨਾਲ। ਧੰਨਵਾਦ।